ਪਸ਼ੂ ਸੱਚਮੁੱਚ ਉਹਨਾਂ ਲੋਕਾਂ ਦੇ ਪਰਿਵਾਰ ਦੇ ਜੀਵਾਂ ਵਾਂਗ ਹੁੰਦੇ ਨੇ ਜੋ ਇਹਨਾਂ ਨੂੰ ਪਰਿਵਾਰ ਦੇ ਜੀਵਾਂ ਵਾਂਗ ਪਾਲਦੇ ਨੇ ਤੇ ਜਿਨ੍ਹਾਂ ਅੰਦਰ ਪਸ਼ੂਆਂ ਦੀਆਂ ਭਾਵਨਾਵਾਂ ਸਮਝਣ ਦੀ ਇਨਸਾਨੀਅਤ ਵੀ ਹੁੰਦੀ ਹੈ ਜਜ਼ਬਾਤ ਵੀ ਹੁੰਦੇ ਨੇ ਇਸ ਗੱਲ ਦੀਆਂ ਮਿਸਾਲਾਂ ਮੌਜੂਦਾ ਸਮੇਂ ਪੰਜਾਬ ਦੇ ਵਿੱਚ ਕਾਫੀ ਮਿਲ ਰਹੀਆਂ ਨੇ ਜਦੋਂ ਲੰਪੀ ਸਕਿਨ ਬਿਮਾਰੀ ਦੇ ਕਰਕੇ ਹਜ਼ਾਰਾਂ ਪਸ਼ੂ ਆਪਣੇ ਮਾਲਕਾਂ ਤੋਂ ਵਿਛੜਦੇ ਜਾ ਰਹੇ ਨੇ ਇਸ ਭਿਆਨਕ ਬਿਮਾਰੀ ਨੇ ਪਸ਼ੂ ਮੇਲਿਆਂ ਦੇ ਵਿੱਚ ਆਪਣੇ ਮਾਲਕ ਤੇ ਲਈ 45 ਮੋਟਰਸਾਈਕਲ ਅਤੇ ਟਰੈਕਟਰ ਜਿੱਤਣ ਵਾਲੇ ਸਕੰਦਰ ਨੂੰ ਵੀ ਖੋ ਲਿਆ ਹੈ ਸਿਕੰਦਰ ਦੀ ਵੀ ਲੰਪਿਸਕਨ ਦੀ ਬਿਮਾਰੀ ਕਰਕੇ ਮੌਤ ਹੋ ਗਈ ਹੈ ਸਿਕੰਦਰ ਦੇ ਨਾਮ ਨਾਲ ਮਸ਼ਹੂਰ ਇਸਾਨ ਜਲੰਧਰ ਦੇ ਫੋਲਰੀਵਾਲ ਦੇ ਪਸ਼ੂ ਪਾਲਕ ਦਾ ਸੀ ਸਿਕੰਦਰ ਦੀ 16 ਅਗਸਤ ਨੂੰ ਮੌਤ ਹੋ ਗਈ ਸੀ ਤੇ ਦੁਖੀ ਮਾਲਕ ਨੇ ਸਿਕੰਦਰ ਦੀ ਯਾਦ ਵਿੱਚ ਇੱਕ ਵੱਡਾ ਸਮਾਗਮ ਕਰਵਾਉਣ ਦਾ ਫੈਸਲਾ ਲਿਆ ਹੈ ਐਨਾ ਹੀ ਨਹੀਂ ਮਾਲਕ ਨੇ ਕਿਹਾ ਕਿ ਉਹ ਆਪਣੇ ਸਿਕੰਦਰ ਦੀ ਇੱਕ ਮੂਰਤੀ ਵੀ ਬਣਵਾਉਣਗੇ ਇਸ ਲਈ ਕਲਾਕਾਰ ਨਾਲ ਵੀ ਸੰਪਰਕ ਕਰ ਲਿਆ ਗਿਆ ਹੈ ਮਾਲਕ ਨੇ ਭਾਵਕ ਹੁੰਦਿਆਂ ਕਿਹਾ ਕਿ ਸਿਕੰਦਰ ਸਾਡੇ ਪਰਿਵਾਰ ਦੇ ਮੈਂਬਰ ਵਾਂਗ ਸੀ ਅੱਜ ਜੋ ਵੀ ਸਾਡੇ ਕੋਲ ਹੈ ਉਹਦੀ ਵਜ੍ਹਾ ਸਿਰਫ ਤੇ ਸਿਰਫ ਸਿਕੰਦਰ ਹੈ ਉਹ ਕਹਿੰਦੇ ਨਾ ਹੁੰਦਾ ਤਾਂ ਸਾਡੇ ਕੋਲ ਕੁਝ ਵੀ ਨਾ ਹੁੰਦਾ ਪਰ ਅਸੀਂ ਬਹੁਤ ਦੁਖੀ ਹਾਂ ਕਿ ਉਸ ਦੀ ਜਾਨ ਨੂੰ ਅਸੀਂ ਬਚਾ ਨਹੀਂ ਸਕੇ ਫੋਰਲੀਵਾਲ ਨੇ ਦੱਸਿਆ ਕਿ ਸਿਕੰਦਰ ਉਸ ਦੀ ਜ਼ਿੰਦਗੀ ਦੇ ਵਿੱਚ ਉਹਦੋਂ ਆਇਆ ਸੀ ਜਦੋਂ ਸਿਰਫ 1 ਸਾਲ ਦਾ ਸੀ ਅਸੀਂ ਇਸ ਨੂੰ 16000 ਰੁਪਏ ਚ ਕਹਿੰਦੇ ਖਰੀਦਿਆ ਸੀ ਸਿਖਲਾਈ ਦਿੱਤੀ ਤੇ ਆਸਾਨੀ ਦੇ ਨਾਲ ਅਸੀਂ ਉਹਦੇ ਨਾਲ ਗੱਲਬਾਤ ਕਰਦੇ ਸੀ ਉਹ ਸਾਡੀ ਗੱਲ ਸਮਝਦਾ ਸੀ ਤੇ ਅਸੀਂ ਉਹਦੀ ਗੱਲ ਸਮਝਦੇ ਸੀ ਤੇ ਸਿਕੰਦਰ ਦਰ ਦੇ نقصان ਦੀ ਪਰਪਾਈ ਅਸੀਂ ਕਰ ਹੀ ਨਹੀਂ ਸਕਦੇ ਇਸੀ ਤਰ੍ਹਾਂ ਸਮਰਾਲਾ ਦੇ ਪਿੰਸਾਨ ਰਵਿੰਦਰ ਸਿੰਘ ਨੇ ਚਮੜੀ ਦੀ ਬਿਮਾਰੀ ਦੇ ਕਾਰਨ ਬੱਚਿਆਂ ਵਾਂਗ ਰੱਖੇ ਚਾਰ ਬਲਦ ਗਵਾ ਲਏ ਨੇ ਚਾਰਾਂ ਬਲਦ ਸਾਥੀਆਂ ਦੀ ਮੌਤ ਤੋਂ ਬਾਅਦ ਰਵਿੰਦਰ ਨੇ ਗੁਰੂ ਘਰ ਵਿਖੇ ਅੰਤਿਮ ਅਰਦਾਸ ਕਰਵਾਈ ਇਸ ਅੰਤਿਮ ਅਰਦਾਸ ਦੇ ਵਿੱਚ ਸੈਂਕੜੇ ਲੋਕ ਇਕੱਠੇ ਹੋਏ ਲੰਗਰ ਵਿੱਚ ਕਾਇਆ ਗਿਆ ਅੰਤਿਮ ਅਰਦਾਸ ਦੇ ਲਈ ਸੱਦਾ ਪੱਤਰ ਵੀ ਖਾਸ ਤੌਰ ਤੇ ਛਪਵਾਏ ਗਏ ਸੀ ਤੇ ਲੋਕਾਂ ਵਿੱਚ ਵੰਡੇ ਗਏ ਸੀ ਤੇ ਸਾਰੇ ਲੋਕ ਜਿਹੜੇ ਪਸ਼ੂਆਂ ਦੇ ਵਿਛੜਨ ਦਾ ਦਰਦ ਸਮਝਦੇ ਨੇ ਜਿਹੜੇ ਪਸ਼ੂਆਂ ਦੇ ਨਾਲ ਇੱਕ ਰਿਸ਼ਤੇ ਨੂੰ ਸਮਝਦੇ ਨੇ ਉਹ ਸਾਰੇ ਇਸ ਸ ਸਮਾਗਮ ਦੇ ਵਿੱਚ ਸ਼ਾਮਲ ਵੀ ਹੋਏ ਇਸੇ ਤਰ੍ਹਾਂ ਨਵਾਂ ਸ਼ਹਿਰ ਦੇ ਪਿੰਡ ਢੇੜੀਆਂ ਦੇ ਸਤਵਿੰਦਰ ਸਿੰਘ ਨੇ ਆਪਣੇ ਬਲਦ ਭੋਲੂ ਦੀ ਯਾਦ ਦੇ ਵਿੱਚ 23 ਅਗਸਤ ਨੂੰ ਇੱਕ ਪ੍ਰੋਗਰਾਮ ਕੀਤਾ ਸੋਸ਼ਲ ਮੀਡੀਆ ਤੇ ਵੀ ਸੰਦਾ ਭੇਜਿਆ ਗਿਆ ਜਿਸ ਵਿੱਚ ਕਿਹਾ ਗਿਆ ਸੀ ਕਿ 6 ਸਾਲਾਂ ਭੋਲੂ ਨੇ ਦੋ ਕਾਰਾਂ ਇੱਕ ਮੋਟਰਸਾਈਕਲ ਤੇ ਇੱਕ ਨਗਦ ਇਨਾਮ ਜਿੱਤਿਆ ਸਤਵਿੰਦਰ ਨੇ ਕਿਹਾ ਕਿ ਮੈਂ ਭੋਲੂ ਨੂੰ ਬਚਾਉਣ ਦੇ ਲਈ ਸਭ ਕੁਝ ਕੀਤਾ ਪਰ ਬਿਮਾਰੀ ਨੇ ਉਹਨੂੰ ਮੇਰੇ ਤੋਂ ਖੋਹ ਲਿਆ ਹਾਲਾਂਕਿ ਕੁਝ ਲੋਕਾਂ ਨੂੰ ਇਹ ਖਬਰ ਮਜ਼ਾਕ ਵੀ ਲੱਗਦੀ ਹੋਊਗੀ ਜਿਨ੍ਹਾਂ ਨੂੰ ਨਹੀਂ ਪਤਾ ਕਿ ਪਸ਼ੂਆਂ ਦੇ ਨਾਲ ਜੁੜਨਾ ਕੀ ਹੁੰਦਾ ਹੈ ਪਸ਼ੂਆਂ ਦੇ ਨਾਲ ਕੀ ਜਜ਼ਬਾਤ ਇਨਸਾਨ ਦੇ ਜੁੜੇ ਹੁੰਦੇ ਨੇ ਜਿਹੜੇ ਲੋਕ ਖਾਸ ਤੌਰ ਤੇ ਪਿੰਡਾਂ ਦੇ ਵਿੱਚ ਰਹਿੰਦੇ ਨੇ ਜਿਨ੍ਹਾਂ ਨੇ ਮੱਝਾਂ ਗਾਵਾਂ ਰੱਖੀਆਂ ਹੁੰਦੀਆਂ ਨੇ ਜਿਹੜੇ ਪਸ਼ੂਆਂ ਨੂੰ ਸਵੇਰੇ ਸ਼ਾਮ ਨਵਾਉਂਦੇ ਨੇ ਧਵਾਉਂਦੇ ਨੇ ਉਹਨਾਂ ਨੂੰ ਪਲੋਸਦੇ ਵੀ ਨੇ ਤੇ ਪਸ਼ੂ ਵੀ ਕਿਵੇਂ ਪੂਛ ਮਾਰਦੇ ਨੇ ਉਹਨਾਂ ਦੇ ਨਾਲ ਆਪਣਾ ਪਿਆਰ ਜਿਤਾਉਂਦੇ ਨੇ ਉਹ ਸ਼ਾਇਦ ਇਸ ਖਬਰ ਨੂੰ ਬਹੁਤ ਹੀ ਸਹਜਤਾ ਦੇ ਨਾਲ ਅਤੇ ਸ਼ਲੀਨਤਾ ਦੇ ਨਾਲ ਮੰਨ ਸਕਦੇ ਨੇ ਤੇ ਲੰਪਿਸ ਕਿੰਦੀ ਜਿਹੜੀ ਬਿਮਾਰੀ ਹੈ ਉਹ ਪੰਜਾਬ ਦੇ ਵਿੱਚ ਹਾਲੇ ਵੀ ਥਮ ਨਹੀਂ ਰਹੀ ਹੈ ਪੰਜਾਬ ਦੇ ਵਿੱਚ 10000 ਤੋਂ ਵੱਧ ਪਸ਼ੂ ਇਸ ਬਿਮਾਰੀ ਦੇ ਕਾਰਨ ਮਰ ਚੁੱਕੇ ਨੇ ਪੰਜਾਬ ਦੇ ਵਿੱਚ ਰੋਜ਼ਾਨਾ ਦੁੱਧ ਦਾ ਉਤਪਾਦਨ ਹੈ ਜਿਹੜਾ ਉਹ ਵੀ ਵੱਡੀ ਮਾਤਰਾ ਦੇ ਵਿੱਚ ਘਟ ਗਿਆ ਹੈ ਤੇ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਕਿ ਹਰੇਕ ਪਸ਼ੂ ਦੇ ਮਰਨ ਤੇ ਪਸ਼ੂ ਪਾਲਕ ਨੂੰ 50000 ਰੁਪਏ ਦਾ ਮੁਆਵਜ਼ਾ ਸਰਕਾਰ ਦੇਵੇ ਪਰ ਸਰਕਾਰ ਇਸ ਮਸਲੇ ਤੇ ਬਿਲਕੁਲ ਚੁੱਪ ਹੈ